ਇਕਲਾ ਚਾਰਪਾਈ ਸੀ, ਇੱਕ ਉਹਨਾਂ 'ਚ ਲੰਗੜਾ ਸੀ। ਅੱਛਾ ਜੀ। ਲੰਗੜਾ ਬਹਿਤ ਹੁੰਦੀ ਹੈ ਅਗਲੇ ਲੰਗੜੇ 'ਚ। ਕਹਿੰਦੇ ਵੀ ਲੰਗੜਾ ਜਦੋਂ ਬਹਿਤ ਲੱਗ ਗਿਆ ਕਰਨ, ਕਹਿੰਦੇ ਇਹਨੂੰ ਅੱਡ ਕਰੋ। ਉਹਨੂੰ ਅੱਡ ਕਰਤਾ, ਚਾਰ ਕਿਤੇ ਵਾਹਣ ਦੇ ਆ ਗਏ। ਅੱਛਾ। ਰਾਹ 'ਤੇ ਵਾਹਣ ਆ ਗਿਆ ਅਤੇ ਜਦੋਂ ਉੱਥੋਂ ਦੀ ਲੋਕ ਨੰਗਿਆ ਕਰਨ, ਲੰਗੜਾ ਉਹਦੀ ਮੋਟਰ 'ਤੇ ਬੈਠਾ ਕਰੇ, ਉਹ ਕਿਹਾ ਕਰਨ ਜਿਹੜਾ ਤਾਂ ਇਹਨੂੰ ਜਾਇਆ ਕਰੇ, ਉਹ ਧੱਸਦਾ ਜਾਇਆ ਕਰੇ, ਜਦੋਂ ਉੱਧਰੋਂ ਮੁੜ ਕੇ ਆਇਆ ਕਰੇ ਉਦੋਂ ਰੋਂਦਾ ਆਇਆ ਕਰੇ। ਉਹ ਕਹਿੰਦਾ ਵੀ ਗੱਲ ਕੀ, ਤੁਸੀਂ ਵੀ ਇੱਧਰ ਨੂੰ ਹੱਸਦੇ ਜਾਂਦੇ ਹੋ, ਲੋਕੋਂ ਐਂ ਰੋਂਦੇ ਆਉਂਦੇ ਹੋ। ਕਹਿੰਦੇ ਜੀ ਇੱਧਰ ਪਿੰਡ ਆ ਠੱਗਾਂ ਦਾ, ਜਦੋਂ ਠੱਗ ਲੈਂਦੇ ਨੇ ਮਗਰ ਮੁੜਿਆ ਉਹਨੇ ਗਾਂ ਤਾਂ ਲੰਘਣ ਨਹੀਂ ਦਿੰਦੇ, ਪੈਸਾ ਕੋਲ ਕੋਈ ਰਹਿੰਦਾ ਨਹੀਂ। ਉਹ ਕਹਿੰਦਾ ਠੀਕ ਹੈ ਅਤੇ ਅੱਛਾ। ਕਹਿੰਦਾ ਨੇੜੀ ਆ ਪਿੰਡ ਉਹ? ਕਹਿੰਦਾ ਹਾਂ ਨੇੜੀ ਹੈ। ਇੰਨੇ ਭਾਈ ਹੁੰਦੀ ਹਵਾਉਂਦੀ ਲੰਗੜੇ ਦਾ ਕੋਲੇ, ਜੋ ਚਾਰ ਕਿਲੇ ਵਾਹਣਦੇ ਸੀ ਲੰਗੜੇ ਨੂੰ, ਸਾਕ ਹੋ ਗਿਆ, ਵਿਆਹ ਹੋ ਗਿਆ। ਜਦੋਂ ਵਿਆਹ ਹੋ ਗਿਆ ਉਹਨੇ ਕਿਹਾ, ਉਹਨੇ ਇੱਕ ਟੂ ਉਹ ਲੈ ਲਈ ਟੁੱਟੀ ਜੀ, ਖੱਚਰ ਜੀ ਲੈ ਲਈ। ਕਹਿੰਦਾ ਚੱਲ ਹੋਇਆ ਕਰਾਂਗੇ ਅਤੇ ਖੇਤ ਖੂਤ ਜਾਣ ਆਉਣ ਨੂੰ ਚੰਗੀ ਆ। ਚੱਲ ਕਹਿੰਦਾ ਆਪਾਂ ਕਿਹੜਾ ਉਹ ਹੈਗਾ, ਉਦੋਂ ਪਹਿਲਾਂ ਸੜਕਾਂ ਸੀ ਜਾਣੇ ਵੀ ਰੇਤੇ ਵੀ ਤੂੰ ਵੀ ਜਾਣਾ ਹੈ ਅਤੇ ਚੱਲ ਭਾਈ ਉਹ ਦੋਨੇ ਜੀ ਆ ਕੇ ਬਹਿ ਜਾ ਕਰਨ ਮੋਟਰ 'ਤੇ, ਆਪਦੇ ਖੇਤ ਕੰਮ ਕਰਿਆ ਕਰਨ। ਅਤੇ ਉਹ ਕਹਿੰਦੀ ਵੀ ਆਹ ਕੀ ਗੱਲ ਹੈਗੀ? ਉਹ ਕਹਿੰਦਾ ਐਂ ਗੱਲ ਹੈ, ਉਹ ਕਹਿੰਦੀ ਆਪਾਂ ਐਂ ਕਰੋ, ਆਪਾਂ ਠੱਗਾਂ ਦਾ ਪਿੰਡ ਦੇਖਦਾ, ਕਹਿੰਦਾ ਦੇਖਣਾ ਝੱਟ ਕੇਰਾ ਲਾਜ਼ਮੀ ਹੈ ਠੱਗਾਂ ਦਾ, ਬਿਲਕੁਲ ਚੱਲਾਂਗੇ। ਚਲੋ ਜੀ ਉਹੀ ਖੱਚਰ 'ਤੇ ਭਾਈ ਉਹ ਆਪ ਬਹਿ ਗਿਆ। ਹੁਣ ਤਾਂ ਉਹਨੂੰ ਚੱਕਣ ਵਾਲੀ ਤਾਂ ਹੈ ਹੀ ਨਹੀਂ ਸੀ ਉਹ ਲੰਗੜੇ ਕੋਲ ਖੱਚਰ 'ਚ ਜਿਹੜੀ, ਅਤੇ ਉਹ ਭਾਈ ਬਰਾਬਰ ਤੁਰੀ ਗਈ। ਚਲੋ ਚਾਲ ਚਲੋ ਚਾਲ ਜਦੋਂ ਹਾਂ ਕੀ ਤੁਰੇ ਗਏ ਜਾ ਕੇ ਪਾ ਗਏ ਉਹ ਜਿਹੜਾ ਠੱਗਾਂ ਦਾ ਪਿੰਡ ਸੀਗਾ ਉਹਦੇ ਉੱਥੇ, ਅਤੇ ਲੈ ਵੀ ਕਹਿੰਦੇ ਮੁਰਗੀ ਆਹ ਵੀ ਚੰਗੀ ਹੋਈ ਹੈ। ਅਤੇ ਆ ਗਏ ਜਦੋਂ ਸੱਤ 'ਚ ਫਤਿਹ ਬੁਲਾਈ ਉਹਨੇ ਲੰਗੜੇ ਨੇ ਜਾ ਕੇ। ਲੰਗੜਾ ਕਹਿੰਦਾ ਵੀ ਅਸੀਂ ਠੱਗਾਂ ਦੇ ਘਰ ਜਾਣਾ। ਉਹ ਕਹਿੰਦੇ ਸਾਰਾ ਪਿੰਡ ਹੀ ਠੱਗਾਂ ਦਾ। ਉਹ ਕਹਿੰਦਾ ਐਂ ਨਹੀਂ, ਜਿਹੜੇ ਅਸਲੀ ਠੱਗ ਨੇ। ਉਹ ਕਹਿੰਦੇ ਅਸਲੀ ਤਾਂ ਉਹ ਸੀ ਸੱਤ ਭਾਈ ਨੇ, ਉਹ ਅੱਠਵਾਂ ਬੁੜਾ ਹੈ ਅਤੇ ਸੱਤੇ ਪੈਸੇ ਨੇ, ਅੱਠਵਾਂ ਬੁੜਾ ਹੈਗਾ, ਬੁੜੀ ਵੀ ਹੈ ਭਾਈ। ਜਦੋਂ ਉਹ ਗਏ ਲੰਗੜਾ, ਜਦੋਂ ਆਈ ਬੁੜੀ ਭੱਜ ਕੇ ਕਹਿੰਦੀ ਆ ਗਈ ਸ਼ਾਮੀ ਦਾ ਘਰੇ। ਲੰਗੜੇ ਨੇ ਭਾਈ ਬੁੜੀ ਨੂੰ ਜਾ ਟੇਕਿਆ ਮੱਥਾ, ਅਤੇ ਉੱਧਰੋਂ ਭਾਈ ਕੁੜੀ ਨੇ ਉਹਨੇ ਜੱਫੀ ਪਾ ਲਈ, ਮੇਰੀ ਬੀਬੀ ਆ ਮੇਰੀ ਮੰਮੀ। ਉਹ ਭਾਈ ਜਰਕ ਦੇ ਕੇ ਬੁੜੀ ਕਹਿੰਦੀ ਬਹੂਆਂ ਨੂੰ ਸਭ ਨੂੰ ਉਹਦਾ ਗੱਲ ਸੁਣੋ, ਆਪਣੇ ਦੀ ਕੁੜੀ ਇਹ ਆਪਣੀ ਕੁੜੀ ਹੈ ਮੇਰੀ, ਤਾਂ ਇਹ ਕੋਈ ਠੱਗ ਠੁਗਣ ਵਾਲੀ ਗੱਲ ਨਹੀਂ ਕਰਨੀ, ਇਹ ਜਿਹੜਾ ਆਹ ਹੈਗਾ ਇਹ ਜਮਾਈ ਆ ਮੇਰਾ। ਲੰਗੜੇ ਨੂੰ ਭਾਈ ਜਮਾਈ ਬਣਾ ਲਿਆ, ਦੇਖ ਬਣ ਗਿਆ ਲੰਗੜਾ ਉੱਥੇ। ਲੰਗੜਾ ਕਹਿੰਦਾ ਵੀ ਜੇ ਬੈਠਾ ਲੰਗੜਾ ਭਾਈ, ਉੱਧਰ ਜਦੋਂ ਠੱਗ ਆਏ ਠੱਗੀਆਂ ਮਾਰ ਕੇ, ਉਹ ਕਹਿੰਦੀ ਵੀ ਇਹ ਉਹ ਭਾਈ ਬੁੜੀ ਨੇ ਸਮਝਾਈ ਗੱਲ, ਉਦੋਂ ਜਿਵੇਂ ਕਹਿੰਦੇ ਆਪਣੇ ਵੱਡੇ ਬੰਦੇ ਦੀ ਗੱਲ ਚੱਲਦੀ ਸੀ। ਉਹ ਭਾਈ ਕਹਿੰਦੇ ਫਿਰ ਤਾਂ ਕੋਈ ਗੱਲ ਨਹੀਂ, ਇਹ ਵੀ ਲੋਟ ਆ ਕਹਿੰਦੇ ਆਪਣੇ ਹੈ ਨਹੀਂ ਸੀ। ਹਾਂ ਭਾਈ ਲੰਗੜੇ ਨੂੰ ਆ ਕੇ ਕਹਿੰਦੇ ਹੋਰ ਵੀ ਪ੍ਰਾਹੁਣੇ ਫਿਰ ਕਿਵੇਂ ਆ? ਉਹ ਕਹਿੰਦੇ ਵੀ ਠੀਕ ਆ ਵਧੀਆ, ਹੋਰ ਫਿਰ ਠੀਕ ਆ। ਚਲੋ ਭਾਈ ਕੋਈ ਨਾ, ਵਧੀਆ ਹੋ ਗਿਆ ਜਦ ਆ ਗਿਆ ਤੂੰ। ਲੰਗੜੇ ਕੋਲ ਇੱਕ ਲਾਲ ਸੀ ਬਨੌਟੀ, ਅਤੇ ਭਾਈ ਲੰਗੜੇ ਦੀ ਸੇਵਾ ਕਰੀ ਵਧੀਆ। ਚੜ ਕੇ ਜਦੋਂ ਉਹਨਾਂ ਨੇ ਚਾਹ ਪਾਣੀ ਧਰਿਆ, ਲੰਗੜੇ ਨੇ ਤਾਂ ਉੱਠ ਕੇ 4 ਵਜੇ ਘੂੜੀ ਦੀ ਆਪਦੇ ਜਿਹੜੀ ਲੱਦ 'ਚ ਦਿੱਤਾ ਉਹ ਲਾਲ, ਉਹ ਜੋ ਲੱਦ 'ਚ ਦਿੱਤਾ। ਜਦੋਂ ਉਹ ਤੜਕੇ ਉੱਠਿਆ ਅਤੇ ਘੋੜੀਆਂ, ਹੁਣ ਉਹਨਾਂ ਕੋਲ ਘੋੜੀਆਂ ਭਾਵੇਂ ਇੰਨੀਆਂ ਪਾਉਣ ਦੀਆਂ ਪੁੱਤਰੀਆਂ ਛੱਡ ਦੇ ਗੱਲਾਂ ਤੂੰ ਥਾਂ ਕੇ ਠੱਗਾਂ ਕੋਲ ਜਿਹੜੀਆਂ ਟੱਪਦੀਆਂ ਸੀ ਕੰਧਾਂ, ਇਹਦੇ ਵਾਲੀ ਖੱਚਰ ਸਮਝ। ਉਹ ਜਦੋਂ ਉਹ ਕਹਿੰਦਾ ਖੜ ਜਾ ਪੀਣਾ ਜਾ ਚੱਕੀ ਖੂੰਡੀ ਲੰਘ ਮਾਰਦਾ ਮਾਰਦਾ, ਜਦੋਂ ਮਾਰੀ ਖੂੰਡੀ ਜਾ ਕੇ ਜਿੱਦ 'ਚ ਉਹ ਲਾਲ ਨਿਕਲਿਆ, ਆ ਕੇ ਭਾਈ ਨਲਕੇ 'ਚ ਧੋਣ ਲੱਗ ਗਿਆ। ਉਹ ਚੱਕੀ ਜਾਂਦਾ ਸਾਰਾ ਟੱਬਰ, ਕਹਿੰਦੇ ਇਹ ਹੋਏ। ਉਹ ਕੁੜੀ ਕਹਿੰਦੀ ਇਹ ਤਾਂ ਰੋਜ਼ ਇੱਕ ਲਾਲ ਦਿੰਦੀ ਹੈ। ਉਹ ਭਾਈ ਆ ਕੇ ਉਹ ਕਹਿੰਦੇ ਇਹ ਰੋਜ਼ ਲਾਲ ਦਿੰਦੀ ਹੈ? ਕਹਿੰਦਾ ਮੇਰੇ ਕੋਲ ਤਾਂ ਭਾਵੇਂ ਤੌੜੇ ਡੱਕੇ ਹੋਰ, ਕਹਿੰਦਾ ਰੋਜ਼ ਲਾਲ ਦਿੰਦੀ ਹੈ। ਉਹ ਕਹਿੰਦੇ ਚੁੱਪ ਕਰੋ, ਕੋਈ ਠੱਗੀ ਨਹੀਂ ਮਾਰਨੀ ਕੁਛ ਨਹੀਂ, ਇਹਨੂੰ ਸਮਾਂ ਦੀ ਪੂਰੀ ਦੀ ਸੇਵਾ ਕਰੋ ਵੀ ਭਾਈ ਸਾਡਾ ਪ੍ਰਾਹੁਣਾ ਹੈ। ਵਾਹ ਵੀ ਵਾਹ, ਤੂੰ ਭਾਈ ਸਾਡੀ ਭੈਣ ਹੈ, ਆਪੇ ਤੂੰ ਘੂੜੀ ਲਵਾਂਗੇ ਆਹ। ਭਾਈ ਬੈਠੇ ਜਦੋਂ ਕੁਛ ਹੋ ਗਿਆ ਤਾਂ ਰੋਟੀ ਰਾਟੀ ਖਾਧੀ, ਕਹਿੰਦੇ ਵੀ ਗੱਲ ਸੁਣ ਲਾ ਪ੍ਰਾਹੁਣੇ ਇੱਕ, ਕਹਿੰਦਾ ਦੱਸ, ਕਹਿੰਦੇ ਆ ਘੋੜੀ ਦੇ ਦੇ ਸਾਨੂੰ। ਕਹਿੰਦਾ ਯਾਰ ਕਿਉਂ ਮਾਰ ਦਿਓ ਮੈਨੂੰ, ਹੈਂ ਹੈ ਕਿ ਉਹੀ ਗੱਲ ਇਹ ਤਾਂ ਯਾਰ ਮੇਰੀ, ਤੁਸੀਂ ਇਹ ਗੱਲ ਨਾ ਕਰੋ। ਕਹਿੰਦੇ ਫਿਰ ਤੂੰ ਜੀਜਾ ਨਹੀਂ ਸਾਡਾ? ਉਹ ਕਹਿੰਦਾ ਹੈ ਤਾਂ ਜੀਜਾ, ਉਹਨੂੰ ਵੀ ਪਤਾ ਵੀ ਭਾਅ ਨੂੰ ਕਿੱਥੋਂ ਦੀ ਫੇਰ ਹੋ ਜਾ, ਹੁਣ ਪੂਰਾ ਬਣੀ ਸ਼ਾਮੀ ਜੀ ਉਹ ਵੀ। ਕਹਿੰਦਾ ਹੈਗਾ? ਕਹਿੰਦਾ ਹੈਗਾ ਤਾਂ ਫਿਰ ਘੋੜੀ ਦੇ। ਉਹ ਕਹਿੰਦਾ ਵੀ ਆਹ ਛੋਟੀ ਭੈਣ ਨੂੰ ਪੁੱਛ ਲਓ। ਜਦੋਂ ਉਹਨੂੰ ਪੁੱਛਿਆ ਉਹ ਕਹਿੰਦੀ ਭਾਈ ਤੁਸੀਂ ਮਗਰੋਂ ਨਾ ਲਾਂਭੇ ਦੀ ਜਾਇਓ, ਐਵੇਂ ਕਈ ਵਾਰੀ ਕਿੱਡੇ ਦਾ ਵੀ ਕਰ ਸਕਦੀ ਹੈ, ਹਾਂ ਨਾ ਦੇਵੇ ਤੇ ਲਾਲ। ਉਹ ਕਹਿੰਦੇ ਤੈਨੂੰ ਲਾਂਭਾ ਨਹੀਂ ਕੁੜ ਕੇ, ਪਹਿਲਾਂ ਤਾਂ ਘੋੜੀ ਲੈ, ਬੋਰ ਕਿਹੜੀ ਲੈਣੀ ਹੈ? ਲੰਘਣਾ ਪਾਰਕੂ ਜੀ ਘੋੜੀਆਂ ਦਾ, ਕਹਿੰਦਾ ਆਹ ਦੇ ਦਿਓ।
ते रुपये किन्ने सीगे? कहना 50,000 रुपया दे दो। 50,000 रुपया देता ठगा को थोड़ा सी कितने अगे तुर के गए जी कितने उन्होंने कहता आजा बह जा जो तू उस तोले चंगा लीड़ा कपड़ा दिता। जो वो दूए दिन तड़के उठा सारा टब्बर लिदन लैतरे की लैतरे वो की हो गए हूँ है वो कहते ठगी मार गया तो ठग कहते बड़ा हरामी सी चलो आप पैर से चला गए। उन्हें की करा गाह दो सहे मुल लै ले एक तो घरे बन लिया एक मोटर से बन लिया कोले रख लिया उदू कल आने तो जरूर कहता जो आप ठगी मार के आए लाजमी आवगे पर एक गल है कहना आ सहा इत रहन दे तू कहना हर वक्त ही पांच छह बंद रोटी टुक चाह पानी तैयार ही रखा कर भाई वह पैडे तुरे लंगड़ा तो ठगी मार गया यार चलो चल दे आप जो गए कहते हो अपने वाली घूड़ी आओ फिर भाई जा बड़े मलाई फतेह जो निगा मारी सहा बनया होया होर भी किमें आ किमें कहना एक मिनट इत बहज कुछ लवी सह गल सुन ला भाजा करा तेरी मम्मी ने यह कह दी भी तेरे भाई आ गए असी आने घर रोटी टुक बना के रखे ठीक है। एक कहना चुप कर घोड़ी की गल ना करी वो सहे सहे से पैंतरे देखा तो उन्हें तो भाई घोड़ी की गल ही ना करी भाई सहा छता छता हूँ सहे ने कितने आना सी घर है सी जो कद वो कहना आओ चल गए कहते अजय साहब सहे दिन का कहना 3 साल तो कदम तो गया रोटी टुक तो तैयार हो गया वह कहते चुप करो घोड़ी की गल ही ना करो यार भी वो भाई सानू लाल नहीं दिता जो ये तो सहा ला जे कोई गुण होया कोई भाजपा तो जिधर की मर्जी भज के निकल जाते जानवर भाई जो गए घरे उत्थे होर बनया खड़क तो कहें आ जाओ भाई आता कहती ना उदों का बाले चिरदा आया कहती सहा था उदों का समान तैयार कर पे रोटी आटी खाधी उन्होंने कहते वह कहते हो फिर ठीक है कहना ठीक है कहते सहा दे लिया कहना ना यार एक कर दो मैं इतों तुरया नहीं जाता मैं इतों तुरया नहीं जाता यार कहते इतने घर आके स्नेहा दे जाता मेरा चाह पानी पक जाता है तुझे मैंने भुखा मारना कहते ना यार एक कर दे तू ए ना कर यार तू दे सहा था वो कहना नहीं यार कहते तेन अगे घोड़ी का लंबा दिता सी अच्छा वो कहना भी कोई लंबा तो खर तुम कानू दिता मैनू फिर भी चल तू तुम चुप करके हो भी रिश्तेदार भी कुड़ी तो ली सी कुड़ी तो चल नहीं यार वो कहती भाई ये सहा नहीं दें ए ना करो वो कहते जिम्मे मर्जी करो सहा तो अभी कुड़िए लेके जावे जावे हाँ रुपया 50,000 ले ला 60,000 ले ला जेडे लेने तू गल कर भाई दे 60,000 लंगड़ा कहना आ जा ले सहा फड़ाता जो पिंड तो बहर निकले सहे नू कहते चल भी सहा उन्होंने ए कहती भी रात को 8 बजे आवगे अजे उदो रोटी टुक कर लू तू पहला कोई लोड़ नहीं समझ सह छता सह भाई गह जाके एक खिच पड़ गया तो वो भाई जो 8 बजे गए कहते भी क्यों कहते रोटी टुक वो कहते तुम कि दसा जी कुछ वो कहते तो कदों का सहा भेजा कहते कि सहा इत कोई सहा सुहा नहीं आया वो कहते है कहते जी लेके छड़ सहा वो कहते छड़ फिर इतने दस कितने आ गया कहते यार फिर ठगी मार गया है ना चलो कलू छा कलू चला भाई जो फिर आई कल गए उन्हें की कर आपके घर वाली जैसे गालना बकरे दर जहाँ बन दियाँ कहना मैं तेरे गल च कृपान आए फेर दू तलवार तो कहना तू लत्त नसाल नहीं वो लहू जहाँ निकलेगा जाने रंग जहाँ लत्त इतने भर के कहना तू तू कहना बस मगरों राम राम करती बैठी हो जी तो मैं कहना खूंडी ना ये ना करूँ सतनाम चंगा भाई वह कहना मैं रहूँ घर हूँ जो भाई आ गए वो घर बैठो भी कहते बह लिया कोई ना उन्हें की करा उन्हें तो भाई कृपान फेरती वो कहते मेरे कुड़ी का गढ़ फड़ता हुए वो की करा तू कहना बह जा जाओ तुझी वो बह जाओ भाई बह गए खोलो डरते डरा जे वह खूंडी ना करी गया सतनाम 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 वो राम राम करती बैठी होगी एक कहता हूँ सहे का लांबा ला दे तू खूंडी ना लेगी खूंडी लवेंगे एक कहता देख लो कहता ला लें वो भाई रोटी टुको उन्हें पकाया खाधा बैठे बैठे कहते कहते भी गल सुन ला हूँ एक गाह सवाल तेन पाँदे जी भी चाहते भी चत च कहता हम पाँदे छड़ता अपनी चलो समझ तू गल सुन ला एक
ਆ ਖੂੰਡੀ ਸਾਨੂੰ ਦੇ। ਉਹ ਕਹਿੰਦਾ ਯਾਰ ਹਾਏ ਤੁਸੀਂ ਮੇਰੇ ਕੋਲ ਛੱਡਣਾ ਕੁਛ ਕਿ ਨਹੀਂ, ਕਹਿੰਦਾ ਨਹੀਂ ਯਾਰ ਖੂੰਡੀ ਤਾਂ ਅਸੀਂ ਜ਼ਰੂਰ ਲਵਾਂਗੇ, ਫਿਰ ਆ ਜਿਹੜਾ ਗੁੱਸੇ ਰਾ ਚਾਹੇ। ਹਾਂ ਉਹ ਨਹੀਂ ਕਰਿਆ ਭਾਈ ਉਹਨਾਂ ਨੇ ਖੂੰਡੀ, 50,000 ਦੀ ਖੂੰਡੀ ਲੈ ਲਈ ਉਹਨਾਂ ਨੇ। ਉਹਨਾਂ ਦਾ ਭਰਾਵਾ ਜਾ ਕੇ ਸੱਤਾਂ ਠਗਣੀਆਂ ਦੇ ਗੱਲ ਵਰਤੇ। ਹੋਰ ਭਾਈ ਖੂੰਡੀ ਨਾ ਕਰੀ ਜਾਣ, ਸਤਨਾਮ ਸਤਨਾਮ ਕਿੱਥੇ ਉੱਠੇ ਕੋਈ ਗੱਲ ਤਾਂ ਵਰਤੇ ਉਹਨਾਂ ਦੇ, ਕਹਿੰਦੇ ਲੈ ਵੀ ਮਾਰਤੇ। ਹਾਂ ਬਥੇਰੀ ਆ ਵੀ ਬਾਰੀ ਨਾ ਸਾਰੀ ਰਾਤ ਖੂੰਡੀ, ਉਹ ਕਹਿੰਦਾ ਕਰੇ ਮੈਨੂੰ ਫੜਾਈ ਕੀ ਆ ਮੇਰੇ ਵਾਲੀ ਉੱਠ ਖੜੇ ਯਾਰ, ਉਹ ਕਹਿੰਦਾ ਕਰੇ ਇੱਧਰ ਸਾਡੇ ਵਾਲੀ ਫੜਾਈ ਲਾ, ਤੁਸੀਂ ਮਾਰ ਕੇ ਦੇਖੋ ਜਵਾਕ ਹੋ ਗਈ ਆ ਛੋਟੇ ਉਸਨੂੰ ਉੱਠ ਖੜੇ, ਕਿਤੇ ਬੁੜਾ ਖੂੰਡੀਆਂ ਕਕਾਵੇ, ਕਿਤੇ ਭਾਈ ਬੁੜੀ ਕਕਾਵੇ ਖੂੰਡੀਆਂ। ਹਾਂ ਕਿਤੇ ਧੂਫਾਂ ਦੇਣ, ਕਿਤੇ ਤੂੰ ਗੱਲ ਵਰਤੇ ਉਹਨਾਂ ਨੇ ਕਿ ਸੁੱਟਣ। ਉਹ ਕਹਿੰਦਾ ਗੱਲ ਸੁਣ ਲਓ ਹੁਣ ਇੱਕ, ਕਹਿੰਦੇ ਕਿਵੇਂ ਕਰੀਏ, ਕਹਿੰਦੇ ਇਹਨਾਂ ਦਾ ਦਾਦ ਉਹਦਾ ਕਰਦੇ ਹਾਂ ਆਪਾਂ ਕੰਮ, ਫਿਰ ਦੇਖਦੇ ਹਾਂ। ਆ ਕੇ 5-10 ਦਿਨਾਂ ਬਾਅਦ ਜਦੋਂ ਉਹਨਾਂ ਨੇ ਆਪਦਾ ਨਿਬੇੜ ਲਿਆ, ਅਤੇ ਕਹਿੰਦੇ ਵੀ ਹੁਣ ਲਾਂਗੜੇ ਨੂੰ ਨਹਿਰ 'ਚ ਸੁੱਟਾਂਗੇ ਚੱਲ ਕੇ। ਭਾਈ ਫਿਰਦੇ ਰਹੇ, ਘਰੇ ਵੀ ਆਇਆ ਕਰਨ ਨਾ ਧਿਆਏ ਉਹਨੂੰ। ਆ ਕੇ ਇੱਕ ਦਿਨ ਲਾਂਗੜਾ ਫੜ ਦਿਆ ਉਹਨਾਂ ਨੇ, ਕਹਿੰਦੇ ਆ ਜਾ ਨੂੜ ਦਿਆ, ਕਹਿੰਦੇ ਤੈਨੂੰ ਨਹਿਰ 'ਚ ਸੁੱਟਾਂਗੇ। ਉਹ ਕਹਿੰਦੇ ਛਿੜ ਦਿਓ, ਕੋਈ ਚੱਕਰ ਨਹੀਂ, ਆਪਾਂ ਕਰੀਆਂ ਛੋਡੇ ਨਾ ਛਿੱਟੋ। ਅਤੇ ਉਹ ਜਿਵੇਂ ਹੁਣ ਤੂੰ ਐਂ ਲਾ ਲਾ ਵੀ ਆਪਣਾ ਸੂਏ ਦਾ ਪੁਲ ਲਾ ਲਾ, ਕੋਈ ਲਾ ਲਾ ਇੱਕ ਇੱਧਰੋਂ ਆਈ ਨੂੰ ਲੰਘਦਾ ਹੋਵੇ ਮਾਲ ਵਾਲਾ, ਭਾਈ ਉੱਧਰੋਂ ਤਾਂ ਉਹ ਪੁਰਤੇ ਲੈ ਗਏ ਉਹਦੀ ਪੰਡ ਬੰਨ ਕੇ, ਉੱਧਰੋਂ ਹਨੇਰੀ ਭੇਡਾਂ ਵਾਲਾ ਆਉਂਦਾ ਇੱਕ ਭੇਡਾਂ ਦੀ, ਭੇਡਾਂ ਪੰਡ ਦੇ ਕੋਲ ਦੀ ਡਾਂਡਾ ਲੰਘੀ ਜਾਂਦੀਆਂ। ਉਹ ਦੇਖਦਾ ਭੇਡਾਂ ਵਾਲੇ ਦਾ ਵੀ ਵਿਆਹ ਵੂ ਹੋਇਆ ਸੀ, ਇਕੱਲੇ ਹੀ ਸੀ। ਭੇਡਾਂ ਵਾਲਾ ਕਹਿੰਦਾ ਹੈ ਕਿਹੜਾ ਕੀ ਹੈ? ਉਹ ਕਹਿੰਦਾ ਬਗਜਾ ਤਾਂ ਕੀ ਤੂੰ ਲੈਣਾ? ਕਹਿੰਦਾ ਕਿਉਂ? ਕਹਿੰਦਾ ਚੱਲ ਮੇਰੇ ਭਾਈ ਨੇ। ਕਹਿੰਦਾ ਕੀ ਗੱਲ? ਕਹਿੰਦਾ ਮੈਨੂੰ ਕਹਿੰਦੇ ਨੇ ਤੂੰ ਵਿਆਹ ਕਰਾ, ਮੈਂ ਕਹਿੰਦਾ ਕਰਾਉਂਦਾ ਨਹੀਂ। ਕਹਿੰਦਾ ਮੱਲੋ ਮੱਲੀ ਹੁਣ ਪੰਡ ਬੰਨ ਕੇ ਲੈ ਜਾਂਦੇ ਨੇ। ਉਹ ਕਹਿੰਦਾ ਵਿਆਹ ਤਾਂ ਮੈਂ ਕਰਾ ਲੈਣਾ, ਮੈਨੂੰ ਬੰਨ ਦੇ ਲੰਗੜੇ ਨੂੰ। ਕਹਿੰਦਾ ਲੰਗੜਾ ਕਹਿੰਦਾ ਤੂੰ ਕਰਾਉਣਾ ਕਰਾ ਲਾ, ਮੈਂ ਤਾਂ ਕਰਾਉਣਾ ਨਹੀਂ। ਉਹ ਕਹਿੰਦਾ ਫਿਰ ਮੈਂ ਕਰਾ ਦੂੰਗਾ, ਆ ਜਾ ਕਹਿੰਦਾ ਦਰਕ ਦੇ ਕੇ। ਲੰਗੜੇ ਨੇ ਪੰਡ 'ਚ ਉਹ ਬੰਨਿਆ, ਆਪਾਂ ਚੱਕੀ ਆਪਦੀ ਖੁੰਡੀ ਭੇਡਾਂ ਮਗਰ ਲੱਗ ਗਿਆ, ਅਤੇ ਉਹ ਭਾਈ ਆ ਗਏ ਧਰ ਲਿਆ ਉਹਨਾਂ ਨੇ ਪੁਰਤੇ। ਕਹਿੰਦੇ ਦੱਸ ਵੀ ਕਿਵੇਂ ਕਰਨਾ ਹੁਣ ਤੂੰ? ਉਹ ਕਹਿੰਦਾ ਕਰਨਾ ਤਾਂ ਕਿਵੇਂ, ਮੈਂ ਵਿਆਹ ਕਰਾਊਂਗਾ। ਉਹ ਕਹਿੰਦੇ ਕਿਹੜਾ ਵਿਆਹ? ਉਹਨਾਂ ਨੇ ਵਿੱਚ ਮਾਰਿਆ ਨਹਿਰ ਦੇ ਭੇਡਾਂ ਵਾਲਾ। 5-10 ਦਿਨਾਂ ਬਾਅਦ ਕਹਿੰਦੇ ਆਪਾਂ ਬਿੜਕਤਾ ਲੈ ਕੇ ਆਈਏ, ਉਹਨੂੰ ਠਿੱਟ ਕੇ ਆਏ ਸੀ ਵੀ ਕਿਵੇਂ ਹੈ। ਲੰਗੜਾ ਭਾਈ ਟੋਬੇ ਬੈਠਾ ਭੇਡਾਂ ਲਈ, ਇੱਕ ਜਦੋਂ ਘੋੜੀਆਂ ਲਈ ਜਾਂਦੇ ਆ ਲੰਗੜਾ ਕਹਿੰਦਾ ਹੋ ਜਾਂਦੇ ਆ ਦੁਬਾਰੇ, ਚੱਲ ਕੋਈ ਨਹੀਂ ਜੇ ਆਪਣੇ ਕੜਕੇ 'ਚ ਆ ਗਏ ਹੁਣ ਆਪਾਂ ਕਰਾਂਗੇ ਰੋਟ ਇਹਨਾਂ ਨੂੰ। ਜਦੋਂ ਗਏ ਦੇਖੇ ਆ ਕੀ ਕਹਿੰਦੇ ਉਹ ਤਾਂ ਲੰਗੜਾ ਬੈਠਾ, ਆਹ ਚੱਲ ਗਏ ਬਾਗੇ ਭਾਈ ਲੰਗੜੇ ਕੋਲ। ਕੋਈ ਤਾਂ ਤੈਨੂੰ ਨਹਿਰ 'ਚ ਸਿੱਟਿਆ ਸੀ? ਉਹ ਕਹਿੰਦਾ ਕੀ ਨਹਿਰ ਸਿੱਟਿਆ? ਜਦੋਂ ਬਹਿ ਜਾਓ ਚਾਹ ਚੂ ਪੀ ਲਓ। ਕਹਿੰਦੀ ਐਂ ਦੱਸ ਸਾਨੂੰ ਵੀ ਤੈਨੂੰ ਤਾਂ ਅਸੀਂ ਵਿਚਾਲੇ ਮਾਰਿਆ ਸੀ ਜਮਾਂ। ਕਹਿੰਦਾ ਭੇਡਾਂ ਵਾਲੇ ਬਾਰੇ 'ਚ ਛੱਡਤਾ? ਕਹਿੰਦੇ ਅੱਛਾ ਜੇ ਕਹਿੰਦੇ ਕਿਤੇ ਗਾਹ ਨੂੰ ਛੱਡ ਦਿੰਦੇ ਤੁਸੀਂ, ਫੇਰ ਦੇਖਦਾ ਪੰਜਰੇ ਇੰਨਾ ਸਿਉਂ ਲੈਂਦਾ, ਟਰੱਕਾਂ 'ਚ ਟਰੱਕ ਲਿਆਉਂਦਾ ਭਰ ਕੇ। ਉਹ ਕਹਿੰਦੇ ਚਾਹ ਤਾਂ ਆ ਕੇ ਪੀ ਲਾਂਗੇ, ਫਿਰ ਸਾਨੂੰ ਲੈ ਚੱਲ ਉੱਥੇ, ਕਹਿੰਦਾ ਚੋਲੂ ਲੈ ਚੱਲਦਾ ਆ ਜਾਓ ਹੈ ਉੱਥੇ ਤਾਂ। ਕਹਿੰਦਾ ਹਾਥੀਆਂ ਦੇ ਬਾੜੇ ਨੇ, ਉਹ ਚੀਜ਼ ਕਿਹੜੀ ਆ ਯਾਰ? ਛਾਉਣੇ ਦੇ ਅੱਡ ਨੇ, ਟਰੱਕ ਛਾਉਣੇ ਦੇ ਅੱਡ ਲੱਤੇ ਖੜਿਆ, ਮੇਰਾ ਤਾਂ ਹੱਥੀ ਨਹੀਂ ਪਿਆ, ਆ ਭੇਡਾਂ ਵਾਲੇ ਬਾੜੇ 'ਚ ਗਿਆ ਸੀ, ਆ ਲਿਆ 70-80। ਕਹਿੰਦੀ ਫਿਰ ਸਾਨੂੰ ਲੈ ਕੇ ਚੱਲ, ਫਿਰ ਇੰਨੇ ਬਾੜੇ ਆ। ਕਹਿੰਦਾ ਪੂਰੇ ਫੁੱਲ ਹੈ ਲੈ ਕੇ? ਕਹਿੰਦਾ ਅੱਜ ਤੂੰ ਪਿਆਉਂਦਾ ਚਾਹ ਫਿਰ ਵੀ ਨਹੀਂ ਆ ਕੇ? ਕਹਿੰਦੇ ਹਾਂ ਨਹਿਰ 'ਤੇ ਲੈ ਗਿਆ, ਜੋ ਨਹਿਰ 'ਤੇ ਲੈ ਗਿਆ। ਹਾਂਜੀ ਦਿੱਤਾ ਇੱਕ ਨੂੰ ਧੱਕਾ, ਖਾ ਗਿਆ ਲੋਟਣੀ, ਆ ਬਹਿ ਗਿਆ ਕਹਿੰਦਾ ਤਾਂ ਘੋੜੀ 'ਤੇ। ਦੂਜੇ ਦਿਨ ਦਿੱਤਾ ਧੱਕਾ, ਉਹ ਜਦੋਂ ਮੂੰਹ 'ਚ ਪਾਣੀ ਪਿਆ ਉਡ ਉਡ ਕਰੇ, ਕਹਿੰਦਾ ਤਾਂ ਬੋਤੇ ਵਾਲੇ ਬਾੜੇ 'ਚ ਵੜ ਗਿਆ ਬਈ। ਉਹ ਦੂਜਿਆਂ ਨੇ ਦਵਾ ਦਾ ਬਠਾਲਾ ਮਾਰੀਆਂ, ਕਹਿੰਦੇ ਫਿਰ ਇਕੱਠਾ ਤਾਂ ਉਹੀ ਕਰ ਲੈਣਗੇ ਸਾਰਾ ਕੁਝ, ਮਗਰ ਕੀ ਰਹੂ, ਨਾਲੇ ਲੰਗੜੇ ਨੂੰ ਉਹ ਪਲੇਟ 'ਤੇ, ਨਾਲੇ ਭੇਡਾਂ ਵਾਲਾ ਭੇਡਤਾ। ਉਹ ਆਪਦੀ ਆਰਾਮਦਾਰੀ ਨਾਲ ਬਹਿ ਗਿਆ, ਕਹਿੰਦਾ ਲੈ ਚੱਕ ਲਾ, ਕਹਿੰਦਾ ਆ ਲਾ ਠੱਗਾਂ ਦਾ ਤਾਂ ਕਹਿੰਦਾ ਠੀਕ ਹੈ।